हाँ जी, की किता फिर डॉक्टर साहब? जी सर। की किता है सर? बीवी दा उच्ची बोलना जी, बीवी दा सर कतल हो गया। बीवी दा कतल हो गया? क्यों हो गया, किवें होया, शादी कदों हुई सी? सर साडी 11 शादी हुई सी 2011। ठीक है, बड़ी अच्छी लाइफ गुजर रही सी। अच्छी? हाँ जी, असी 2017 ਦੇ ਵਿੱਚ ਉਮਰਾ ਕਰਕੇ ਆਏ ਆ। ਅੱਛਾ, ਮੀਆਂ ਬੀਵੀ ਦੋਨੇ। ਠੀਕ ਹੈ। ਫਿਰ 18 ਚ ਕਰਕੇ ਆਏ ਆ। ਸਹੀ ਹੈ। ਰੋਜ਼ ਉੱਥੇ ਰੱਖੇ ਆ। ਤੇ ਸਰ ਇੱਕ ਔਰਤ ਸੀ ਮੇਰੇ ਵਾਲਦਨ ਦੇ ਘਰ ਦੇ ਕਰੀਬ, ਬੇਵਾ ਔਰਤ, ਤਿੰਨ ਉਹਦੀਆਂ ਬੱਚੀਆਂ ਸੀ, ਬੜੀਆਂ ਸੀ, ਮਰੀਮ ਨਾਮ ਦੀ। ਠੀਕ ਹੈ। ਉਹਦਾ ਸ਼ੌਹਰ ਮਰ ਗਿਆ ਸੀ, ਉਹਦਾ ਖਰਚਾ ਨਹੀਂ ਸੀ ਚੱਲਦਾ, ਉਹਦਾ ਸਾਰਾ ਉਹਨੂੰ ਖਾਣ ਪੀਣ, ਗੰਦਮ, ਆਟਾ, ਦੁੱਧ ਆਪਣੇ ਫਾਰਮ ਤੋਂ ਲਗਾਇਆ ਸੀ 3 ਲੀਟਰ ਡੇਲੀ। ਠੀਕ ਹੈ। ਅਤੇ ਸਰ ਉਹ ਮੈਨੂੰ ਉਹਨੇ ਬਲੈਕਮੇਲ ਕਰਨ ਲੱਗ ਪਈ, ਤੂੰ ਤੁਸੀਂ ਕਰਦੇ ਹੋ, ਤੁਸੀਂ ਕਈ ਵਾਰੀ ਆਉਂਦੇ ਹੋ, ਲੋਕ ਕਹਿੰਦੇ ਆ ਜੀ ਕਿਸ ਤਰ੍ਹਾਂ ਚੱਲ ਜਾਂਦਾ, ਤੂੰ ਮੇਰੇ ਨਾਲ ਨਿਕਾਹ ਕਰ ਲਓ। ਅੱਛਾ, ਸਹੀ ਹੈ, ਮਰੀਮ ਕਹਿੰਦੀ? ਮਰੀਮ ਕਹਿੰਦੀ, ਸਹੀ ਹੈ। ਉਹਨੇ ਮੈਂ 18 'ਚ ਆਇਆ ਉਮਰਾ ਕਰਕੇ, ਅਜੇ ਏਅਰਪੋਰਟ ਤੋਂ ਉਤਰੇ, ਮੀਆਂ ਬੀਬੀ ਅਸੀਂ ਰਸਤੇ 'ਚ ਫੋਨ ਆ ਗਿਆ ਜੀ, ਉਹਦੀ 6 ਲੀਟਰ ਦੁੱਧ ਮੈਂ ਭੇਜ ਦਿੰਦਾ, ਮੈਨੂੰ ਮੁਲਾਜ਼ਮ ਨੂੰ ਕਿਹਾ ਚਲਾ ਗਿਆ। ਰੋਜ਼ਾਨਾ ਭੇਜਦੇ ਸੀ? ਰੋਜ਼ਾਨਾ 3 ਲੀਟਰ ਡੇਲੀ ਦੁੱਧ ਕਰ ਦਿੰਦਾ। ਸਹੀ ਹੈ। ਅੱਛਾ, ਉਹਨੇ ਉਹ ਨਿਕਾਹ ਕਰ ਲਓ ਜੀ, ਇਸ ਤਰ੍ਹਾਂ ਮੇਰੀ ਬਦਨਾਮੀ ਹੋ ਰਹੀ। ਮੈਂ ਕਿਹਾ ਚਲੋ, ਮੈਂ ਕਿਹਾ ਲੇਕਿਨ ਮੈਂ ਕਿਹਾ ਇਹ ਚੀਜ਼ ਹੈ ਕਿ ਇਹਨੂੰ ਮੇਰੀ ਬੀਵੀ ਨੂੰ ਪਤਾ ਲੱਗਾ ਤਾਂ ਗਲਤ ਹੋਏਗਾ, ਨਾਰਾਜ਼ ਹੋਏਗੀ। ਉਹਨੇ ਕਿਹਾ ਠੀਕ ਹੈ, ਨਿਕਾਹ ਕਰ ਲਿਆ। ਨਿਕਾਹ ਕਰ ਲਿਆ ਉਹਨੇ 2018 ਚ ਜੀ। 18? ਠੀਕ ਹੈ। ਉਹ ਦੂਸਰਾ ਨਿਕਾਹ ਸੀ, ਤੀਸਰਾ ਸੀ? ਤੀਸਰਾ ਸੀ, ਦੂਸਰਾ ਨਾ ਇਲਾਨਾ ਸੀ। ਅੱਛਾ, ਦੂਸਰਾ। ਪਹਿਲੀ ਬੀਵੀ ਨਾਲ ਡਿਵੋਰਸ ਹੋ ਗਈ ਸੀ? ਨਹੀਂ, ਪਹਿਲੀ ਬੀਵੀ ਨਾਰਾਜ਼ ਹੋ ਕੇ ਡਾਕਟਰ ਉਹ ਚਲੀ ਗਈ ਫੈਸਲਾਬਾਦ। ਅੱਛਾ, ਉਹ ਵੀ ਡਾਕਟਰ ਸੀ? ਡਾਕਟਰ, ਦੋਨੋਂ ਡਾਕਟਰ ਸੀ। ਠੀਕ ਹੈ। ਉਹਦੇ ਤੋਂ ਬੱਚੇ ਸੀ? ਬੱਚੇ ਹੈ, 3 ਬੱਚੇ ਨੇ। ਤੇ ਅਨਾਇਲਾ ਤੋਂ? ਨਹੀਂ, ਇਹਦੇ ਚੋਂ ਬੱਚੇ ਨਹੀਂ, ਇਹਦੇ ਕੋਸ਼ਿਸ਼ ਕੀਤੀ, ਨਹੀਂ ਹੋ ਸਕੇ ਬੱਚੇ। ਸਹੀ ਹੈ। ਤੇ ਨਾਇਲਾ ਦੇ ਭੈਣ ਭਰਾ ਕੋਈ ਫੈਮਿਲੀ? ਕੋਈ ਨਹੀਂ ਫੈਮਿਲੀ, ਮੈਂ ਵਾਲਦੈਨ ਸੀ, ਉਹ ਉਹਨਾਂ ਨੂੰ ਹੱਜ, ਉਹਨਾਂ ਨੂੰ ਉਮਰਾ ਕਰਾਇਆ, ਮੈਂ ਖੁਦ ਉਠਾ ਕੇ ਕੰਧਿਆਂ ਦੇ ਉੱਤੇ, ਉਹ ਡੈਥ ਹੋ ਗਈ ਮੇਰੇ ਹੱਥਾਂ 'ਚ। ਏਜ 8 ਸੀ, 90-95 ਸਾਲ ਏਜ ਸੀ। 95 ਸਾਲ ਉਹਨਾਂ ਦੇ ਵਾਲਦੈਨ ਨਾਇਲਾ ਦੇ? ਜੀ ਜੀ। ਠੀਕ ਹੈ। ਫਿਰ ਤੀਸਰੀ ਸ਼ਾਦੀ ਕਰ ਲਈ ਮਰੀਮ ਨਾਲ ਜੀ 2018 ਚ? ਜੀ ਜੀ। ਫਿਰ ਸਰ ਉਹ ਜਿਸ ਤਰ੍ਹਾਂ ਪਤਾ ਚੱਲਿਆ ਮੇਰੀ ਵਾਈਫ ਨੂੰ, ਉਹਨੇ ਕਿਹਾ ਇਹਨੂੰ ਤਲਾਕ ਦੇ ਦਿਓ। ਮੈਂ ਕਿਹਾ ਠੀਕ ਹੈ। ਮੈਂ ਇਹਨੂੰ, ਮਰੀਮ ਨੇ ਕਿਹਾ ਜੀ ਮੈਨੂੰ ਗੱਡੀ ਲੈ ਕੇ ਦੇ, ਮੈਨੂੰ ਇੰਨੇ ਕੁ ਪੈਸੇ ਦੇ, ਮੈਂ ਤੇਰੀ ਜਾਨ ਛੱਡ ਦਿੰਦੀ। ਮੈਂ ਉਹਨੂੰ ਗੱਡੀ ਲੈ ਕੇ ਦਿੱਤੀ, ਕੁਛ ਉਹਨੂੰ ਪੈਸੇ ਦਿੱਤੇ, ਉਹ ਉਹਨੂੰ ਤਲਾਕ ਮੈਂ ਮੂੰਹ ਤੋਂ ਵੀ ਬੋਲ ਦਿੱਤੀ, ਵੈਸੇ ਰਿਟਰਨ ਵੀ ਦੇ ਦਿੱਤੀ, ਫਿਰ ਕੋਰਟ ਦੇ ਥਰੂ ਵੀ ਉਹਨੂੰ ਦੇ ਦਿੱਤੀ। ਉਸ ਤੋਂ ਬਾਅਦ ਬਲੈਕਮੇਲ ਕਰਨਾ 2019 ਚ ਦਿੱਤੀ? 18 ਮਹੀਨੇ, 1.5 ਮਹੀਨੇ ਸਾਰਾ ਪ੍ਰੋਸੈਸ ਕੰਪਲੀਟ। ਅੱਛਾ, ਸ਼ਾਦੀ ਕੀਤੀ, ਉਹਦੇ ਤੋਂ ਬਾਅਦ ਉਹਨੂੰ ਗੱਡੀ ਲੈ ਕੇ ਦਿੱਤੀ, ਜੋ ਉਹਦੇ ਮੁਤਾਲਬਾ ਸੀ ਉਹ ਪੂਰੇ ਕਰਨ ਤੋਂ ਬਾਅਦ ਉਹਨੂੰ ਤਲਾਕ ਦੇ ਦਿੱਤੀ। ਪੂਰੇ ਕਰਨ ਤੋਂ ਬਾਅਦ ਸਰ ਉਹ ਬਹੁਤ ਜ਼ਿਆਦਾ ਲਾਲਚ ਕਰਨ ਲੱਗ ਪਈ ਸੀ, ਮੈਨੂੰ ਜੋ ਹਟਾਉਣ ਵਾਲੇ ਕਾਸ਼ਤ ਰੱਖ, ਮੈਨੂੰ ਇਹ ਕਰ, ਮੈਨੂੰ ਮੈਂ ਕਰ, ਨਹੀਂ ਜੀ ਇਹ ਨਹੀਂ ਹੋ ਸਕਦਾ, ਮੈਂ ਤਲਾਕ। ਮੇਰੀ ਬੀਵੀ ਨੂੰ ਪਤਾ ਲੱਗਾ, ਨਾਰਾਜ਼ ਹੋਈ, ਕਹਿੰਦੀ ਗਲਤ ਆ, ਮੈਂ ਕਿਹਾ ਠੀਕ ਹੈ। ਨਾਇਲਾ ਨੂੰ ਪਤਾ ਲੱਗ ਗਿਆ, ਤਲਾਕ ਦੇ ਦਿੱਤੀ, ਸ਼ਾਦੀ ਕਰ ਲਈ? ਜੀ ਜੀ, ਤਲਾਕ ਦੇ ਦਿੱਤੀ। ਲੜਾਈ ਝਗੜਾ ਹੋਇਆ ਉਹਦੀ ਵਜ੍ਹਾ ਤੋਂ? ਨਾਰਾਜ਼ਗੀ ਹੋਈ ਬਸ, ਉਹਨੇ 2 ਦਿਨ ਨਾਰਾਜ਼ ਆਈ, ਮੈਨੂੰ ਕਹਿੰਦੀ ਇਹ ਗੱਲ, ਮੈਂ ਕਿਹਾ ਠੀਕ, ਮੈਂ ਛੱਡ ਦਿੱਤਾ। ਠੀਕ ਹੈ। ਉਸ ਤੋਂ ਬਾਅਦ ਸਰ ਸਾਡੀ ਅੱਛੀ ਲਾਈਫ ਗੁਜ਼ਰ ਰਹੀ ਸੀ। ਇਸ ਔਰਤ ਨੇ ਬਲੈਕਮੇਲ ਕਰਨਾ ਸ਼ੁਰੂ ਕਰਤਾ ਸਾਨੂੰ, ਮਰੀਮ ਔਰਤ ਨੇ, ਗਾਲੀਆਂ ਦੇ, ਟੈਲੀਫੋਨ ਦੇ ਉੱਤੇ, ਕਦੀ ਕਿਸੇ ਦੀ ਕੋਈ ਰਿਕਾਰਡਿੰਗ ਕਰਕੇ ਕਰ, ਕਦੀ ਮੇਰੀ ਬੀਵੀ ਨੂੰ ਫੋਨ ਕਰ, ਬਦਤਮੀਜ਼ੀ ਕਰ, ਮੇਰੀ ਬੀਵੀ ਨੇ ਫੋਨ ਨਾ ਇਹਦਾ ਸੁਣਨਾ। ਲੇਕਿਨ ਇਹ ਕੋਈ ਐਡੀ ਟੀਟ ਕਿਸਮ ਦੀ ਔਰਤ ਸੀ, ਇਹਨੇ ਘਰ ਕਰਕੇ ਫੋਨ 2.5 ਘੰਟੇ ਦੀ, 1.5 ਘੰਟੇ ਦੀ ਕਾਲ ਕਰਕੇ ਉਹਨੂੰ ਇਤਨਾ ਕੁ ਵਰਗਲਾਤਾ ਕਿ ਇਹ ਤਲਾਕ ਤੋਂ ਬਾਅਦ ਵੀ? ਹਾਂਜੀ, ਤਲਾਕ ਤੋਂ ਬਾਅਦ 4-5 ਬੇਵਾ ਗਰੁੱਪ, ਮੈਨੂੰ ਪਤਾ ਨਹੀਂ ਸੀ ਇਸ ਚੀਜ਼ ਦਾ, ਇਹ ਮਰੀਮ ਔਰ 3-4 ਔਰਤਾਂ ਹੋਰ ਨੇ ਇਹ ਟਰੈਪ ਕਰਦੀਆਂ ਲੋਕਾਂ ਨੂੰ। ਠੀਕ ਹੈ। ਇਹਨੇ ਮੇਰੀ ਬੀਵੀ ਨੂੰ ਟਰੈਪ ਕੀਤਾ, ਟਰੈਪ ਕਰਕੇ ਇਹਨੇ ਉਹਦੇ ਕੋਲ ਖੋਲੇ ਦਾ ਕੇਸ ਦਾਇਰ ਕਰਾਤਾ। ਠੀਕ ਹੈ। ਮੈਨੂੰ ਪਤਾ ਚੱਲਿਆ, ਨਾਰਾਜ਼ ਹੋਏ ਸੀ, ਮੈਂ ਉਹਨੂੰ ਕਿਹਾ ਯਾਰ ਨਹੀਂ, ਉਹਨੇ ਜਾ ਕੇ ਸੁਲਾਹ ਕਰ ਲਈ ਮੈਨੂੰ। ਲੇਕਿਨ ਉਹ ਇਹਦੇ ਹੱਥੇ ਚੜ੍ਹ ਚੁੱਕੀ ਸੀ, ਉਹ ਕਹਿੰਦੀ ਕਿ ਮੈਂ ਸ਼ਾਦੀ ਹੋਰ ਕਰਦੀ। ਮੈਂ ਘਰੋਂ ਜਾਂਦਾ ਸੀ ਅਤੇ ਪਿੱਛੋਂ ਚਲੀ ਜਾਂਦੀ ਸੀ, ਇਹ ਲੈ ਜਾਂਦੀ ਸੀ ਜਾਂ ਕਿਸੇ ਹੋਰ ਨਾਲ ਜਾਂਦੀ ਸੀ, ਇਹ ਮੈਨੂੰ ਕਨਫਰਮ ਨਹੀਂ। ਸਹੀ ਹੈ। ਕਈ ਦਫ਼ਾ ਮੈਂ ਘਰ ਆਇਆ, ਅਚਾਨਕ ਘਰ ਤਾਲਾ ਲੱਗਾ, ਮੈਂ ਪਰੇਸ਼ਾਨ ਹੋਇਆ, ਮੈਂ ਗਾਰਡ ਗਲੀ 'ਚ ਬੈਠਾ, ਮੈਂ ਉਹਨੂੰ ਸ਼ਰਮਿੰਦਗੀ ਦਾ ਮਾਰਾ ਪੁੱਛਦਾ ਵੀ ਨਹੀਂ ਸੀ ਕਿ ਬਿਸਤੀ ਵਾਲੀ ਗੱਲ ਹੈ ਕਿ 60 ਸਾਲ ਦੀ ਏਜ 'ਚ ਪਹੁੰਚੇ ਤਾਂ ਇਹ ਚੀਜ਼ ਹੋ ਗਈ। ਬੀਵੀ ਦੀ ਕਿੰਨੀ ਏਜ ਸੀ ਨਾਇਲਾ ਦੀ? ਉਹਦੀ ਮੇਰੇ ਤੋਂ 1 ਸਾਲ ਬੜੀ ਸੀ, 57 ਸਾਲ ਸੀ। ਅੱਛਾ, ਨਾਰਾਜ਼ ਹੋ ਜਾ ਕਿਸੇ ਨਾਲ। ਚਲੋ ਠੀਕ ਹੈ, 2018 ਦੀ ਗੱਲ ਸੁਣਾ ਰਹੇ। ਹਾਂਜੀ ਸਰ, ਇਸ ਔਰਤ ਨੇ ਸਰ ਉਹਨੂੰ ਇੰਨਾ ਲਾਈਨ ਤੋਂ ਆਊਟ ਕਰ ਦਿੱਤਾ, ਮੇਰੇ ਗੈਰ ਮੌਜੂਦਗੀ ਨੇ ਘਰੋਂ ਚਲੇ ਜਾਣਾ। ਮੈਂ ਉਹਦੀਆਂ ਮਿੰਨਤਾਂ ਵੀ ਕੀਤੀਆਂ ਵੀ ਇਹ ਨਾ ਕਰ, ਗਲਤ ਆ, ਤੂੰ ਸ਼ਾਦੀ ਦਾ ਨਾਂ ਸੋਚ ਅੱਗੇ ਓਲਡ ਏਜ ਦੇ ਵਿੱਚ ਕੀ ਕਰਨਾ ਤੂੰ। ਨਹੀਂ ਜੀ ਸਰ, ਇਹ ਚੀਜ਼ ਮੇਰੇ ਕੋਲ ਜਿਹੜੀ ਇਹ ਬਰਦਾਸ਼ਤ ਨਹੀਂ ਹੋਈ। ਠੀਕ ਹੈ। ਫਿਰ ਅਸੀਂ ਕੰਮ ਵਾਲੀਆਂ ਰੱਖਦੇ ਸੀ, ਉਹ ਉਹਨਾਂ ਨੂੰ ਕੱਢ ਦਿੰਦੇ ਸੀ ਡਾਂਟ ਕੇ। ਫਿਰ ਇੱਕ ਕੰਮ ਵਾਲੀ ਵਾਸਤੇ ਅਸੀਂ
डांट भी देना किसी गल मैं ना यार गरीब लोग डांटना फिर नहीं एक साल तो काम वाली कोई नहीं है असी फिर काम वाली के रेंज वास्ते राबता किया इस बंद नज़ीर के नाल ये को तीन दफा असी गए बहावल नगर तीन दफा गए लेकिन नहीं मिली क्यों फिर चौथी तीसरी दफा शायद गए उन्हें कहा जी अज लाजमी जाना मैं ठीक है गए मैं उन्होंने मशवरा किया नज़ीर ने मैं यार ऐसा ऐसा ना इज्जत खराब कर रही है उम्र के इस हिस्से किसी दस भी नहीं मिल सकता कदों मशवरा किया लेकिन मैं नहीं मैं इग्नोर करता रहा नहीं ऐसा नहीं होगा जिसल मैं गार्ड ने दसाया कि ऐसा इस तरह बाजी चले जाते हैं फिर मैं थोड़ा सा चैक रखना शुरू किया और बाई च मैं सारा कन्फर्म हो गया भी जाते ने करो और मरीम के नाल जाते या किसी होर जाते ने करो जाते हैं ठीक है किसी औरत ने जाते किसी नहीं वो कन्फर्म नहीं सी मैं उन्हें पूछा मैं क्या कि उन्हें कहा जी मैं शादी करनी हो मैं अपनी मर्जी कहने मैंने तलाक देते मैं कहा नहीं तेरी मेहरबानी उन्हें खुला दायर किया फिर सुलह भी कर ली मैंने खुले दे लेकिन उसके बावजूद भी ये चीज़ तो नहीं उन्हें छड़िया फिर एक दिन प्रोग्राम बनाया कम वाली लैन वास्ते गए हैं तो उत्थे जाके मैं नज़ीर ने मैं यार ऐसा सारा बहुत बिस्त हो रहा मैं बहुत ज़्यादा बिस्ती कर रही है नज़ीर कौन सी नज़ीर वो तलक आई आंदा हों कुरबानी तो बकरे लैके आंदा हों वैसे भी मुलाजम रहा काफ़ी देर मेरे को पहले अच्छा ते जनाब की करदे सी नज़ीर सर नहीं तुसी सर मैं अपना हूँ तो पहले क्लिनिक करता सी हूँ छड़ दिता सी ते हूँ मेरा फार्म है सर 150 जानवर है कैटल फार्म है डेयरी फार्म है कोई मरबक जमीन दा मेरे को 15 अच्छा। एकड़ जमीन मेरी शहर दे विच है शेखपुरे वो काफी कीमती है अपनी है के दी नायला दी नहीं नहीं नायला दी नहीं सर वो मेरी नायला दा घर नहीं सी नहीं नहीं जेडी वजह तो सब कुछ नहीं नहीं सर नायला ने 2003 च राणे अमीन ना शादी की थी और उन्होंने मुख्तार आम देता सी साढ़े तीन मरले तीन मरले के हिस्से चाहता सगा वो उस बंदे ने बेच दिता सी मलक खालिद शहजादे को बेच के उन्हें इन्होंने पैसे ले लिया फिर इन्हें घर उत्ते दो मरले घर बनाया सी ठीक उस तो बाद वो कोई मसला इन्हों का आपस में बने लड़ाई हुई पुरानी गल हो गई ना फिर शादी हो गई लेकिन वो पुलिस कहती है कि नायला दी भी नहीं सर प्रॉपर्टी नहीं नहीं वो सर नहीं नहीं कब्जा नहीं ऐसी नहीं गल है कोई भी यही प्रॉपर्टी जी साढ़े तीन मरे राणे मीन जी मुख्तार खास दिता सी ना उस तो अलावा कोई प्रॉपर्टी को नहीं आई नहीं नहीं तो सर मेरी अपनी है मैं तो शादी तो पहले ही ली है ठीक है नज़ीर नाल फिर 2022 ਦੇ ਵਿੱਚ हां सर जुलाई ਦੇ ਵਿੱਚ जी जी ਉੱਥੇ ਗਏ ਆ 27 जुलाई ਨੂੰ जी जी ਉੱਥੇ ਗਏ ਮੈਂ ਉਹਨੂੰ ਕਿਹਾ ਯਾਰ ਇਸ ਤਰ੍ਹਾਂ ਮੇਰੀ ਬੀਵੀ ਜਿਹੜੀ ਹੈ ਨਾ ਘਰੋਂ ਚਲੀ ਜਾਂਦੀ ਹੈ ਔਰ ਬੜੀ ਨਦਾਮਤ ਔਰ ਸ਼ਰਮਿੰਦਗੀ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਤਾਂ ਫਿਰ ਸਾਰੇ ਨੂੰ ਇਹ ਤਬੀਅਤ ਖਰਾਬ ਸੀ ਇਹਨੂੰ ਇੰਜੈਕਸ਼ਨ ਦਿੱਤਾ ਪੇਨ ਦਾ ਕਰਕੇ ਕਿ ਦਰਦਾਂ ਬਹੁਤ ਹੋ ਰਹੀਆਂ ਥਕਾਵਟ ਨਾਲ ਉਹ ਫਿਰ ਬੇਹੋਸ਼ੀ ਦਾ ਸੀ ਫਿਰ ਸਾਰੇ ਦੇ ਸਿਰ 'ਚ ਥੋੜ੍ਹੀ ਮਾਰੀ ਇਹਦੀ ਇੱਕ ਥੋੜ੍ਹੀ ਨਾਲ ਡੈਥ ਹੋ ਗਈ बैठा बिठा के नाल ही नहर सी नहर छेड़ दिता